निरंतर 11 दिन से किसान जो हरियाणा और पंजाब की सीमाओं पर बैठे हैं, दिल्ली की ओर कूच करना चाह रहे हैं। ऐसे में यहाँ पर स्थिति की अगर मैं बात करूँ तो 21 तारीख को तनावपूर्ण रही। यहाँ पर जो प्रशासन है और किसानों के बीच में टकराव हुआ, जिस दौरान एक किसान की यहाँ पर मौत भी हुई और यहाँ पर किसान साथी मौजूद हैं, उनसे भी जानकारी लेते हैं। उन्होंने आज ब्लैक झंडे ले रखे हैं और ये ब्लैक पट्टियाँ बांध रखी, क्यों बांध रखी है तमाम जानकारी किसानों से लेंगे। सर, क्या नाम है, कहाँ से आए हैं और ये जो आपने ब्लैक डाल रखा ऊपर पट्टा, ये क्यों डाल रखा, वो बता दीजिए। और प्रधान जी जी जसवंत सिंह मेरा नाम जी। जी असं इतने आपका हक लैन आए हैं जी, सानू अगे जान नहीं देंगे दे। साढ़े तो गोलियां चलातियां, मुंडा शहीद करता, चुक के लै गए तो बहुत शिद्दत करते भी सरकार। साड़ी ये बेनती है भी साड़ियाँ मंगा मनन, जो साडा हक उन सानू दिता जाए। और भी किसान साथी उनसे तमाम जानकारी लेते। देखिए, आपने जो काले रंग की रिबन बांधी हुई है सिर पे, इसका क्या मतलब है, क्यों बांधी गई, क्या कुछ कहना चाहिए? हम रोस मजारे के लिए बांध रखे हैं, जो हमारा भाई शहीद हो गया शुभकर्ण, उसके रोस में और सरकार के खिलाफ हम रोस कर रहे हैं। जो हम अपनी मांगे रखे हैं वो सरकार को मनवाने के लिए ये सब ट्रैक्टर ट्रालियाँ जो भी इकट्ठे हुए हैं हम इसके लिए भी बांधे हैं। और जो हमारे साथी इन्होंने किडनैप किए हैं, टांगे तोड़ी हैं, उनको बोरियों में डालकर ले गए हैं, उसके खिलाफ रोस में हम ये रोस मजारा कर रहे हैं। हम हमारी मांग है, हमारी मांगे पूरी करो और हमारे साथी जो है उनका कोई सुराग मिले। मांगों की बात की जा रही है बार बार, क्या कुछ मांगे हैं और क्या कुछ कहना चाहेंगे? ਸਾਡੀਆਂ ਮੰਗਾਂ ਇਹ ਹੈ ਜੀ, ਸਾਨੂੰ MSP ਜਿਹੜਾ ਸਾਡੀਆਂ ਫਸਲਾਂ 'ਤੇ ਦਿੱਤਾ ਜਾਵੇ, ਸਬਜ਼ੀਆਂ 'ਤੇ ਦਿੱਤਾ ਜਾਵੇ, ਗੰਨੇ 'ਤੇ ਦਿੱਤਾ ਜਾਵੇ, ਆਲੂਆਂ 'ਤੇ ਦਿੱਤਾ ਜਾਵੇ, ਦਾਲਾਂ 'ਤੇ ਦਿੱਤਾ, ਆਹੀ ਸਾਡੀਆਂ ਮੰਗਾਂ, ਕੋਈ ਸਾਡੀਆਂ ਨਜਾਇਜ਼ ਮੰਗਾਂ ਨਹੀਂ। ਸਰਕਾਰ ਦਾ 1 ਮਿੰਟ ਦਾ ਕੰਮ ਹੈ ਜੀ, ਸਰਕਾਰ ਦੇ ਕੋਈ ਕੁਛ ਵੀ ਸਰਕਾਰ ਦਾ ਨੁਕਸਾਨ ਨਹੀਂ ਗਾ। ਬਾਕੀ ਜਿਹੜਾ ਸਾਡਾ ਅੱਜ ਬਲੈਕ ਡੇ ਹੈ, ਅਸੀਂ ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਨੂੰ, ਇੰਡੀਆ ਦੇ ਵਿੱਚ ਬੈਠੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਸੈਂਟਰ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਸਾਰੇ ਦੁਨੀਆ ਦੇ ਵਿੱਚ ਪਤਾ ਲੱਗੇ, ਅੱਜ ਅਸੀਂ ਤਾਂ ਬਲੈਕ ਡੇ ਮਨਾ ਰਹੇ ਹਾਂ। ਸਾਡਾ ਭਰਾ ਸ਼ੁਭਕਰਨ ਸਿੰਘ, ਮੇਰਾ ਛੋਟਾ ਵੀਰ, ਜੋ ਕਿ ਪਿਛਲੇ 2-3 ਦਿਨਾਂ ਗੋਲੀ ਮਾਰ ਕੇ ਇਹਦੀ ਹੱਤਿਆ ਕਰ ਦਿੱਤੀ ਹੈ, ਬਹੁਤ ਹੀ ਮੰਦਭਾਗੀ ਘਟਨਾ। ਹੋਰ ਵੀ ਸਾਡੇ ਕਿਸਾਨ ਵੀਰਾਂ ਦੀਆਂ ਲੱਤਾਂ ਤੋੜਤੀਆਂ, ਧੱਕਾ ਕਰ ਰਹੀ ਹੈ ਸੈਂਟਰ ਸਰਕਾਰ, ਐਡੀਆਂ ਐਡੀਆਂ ਕੰਧਾਂ ਲਾਤੀਆਂ। ਸਾਡਾ ਹੱਕ ਨਹੀਂ, ਸਾਡੀ ਵੀ ਰਾਜਧਾਨੀ ਹੈ, ਅਸੀਂ ਪਹਿਲਾਂ ਵੀ ਦਿੱਲੀ ਗਏ ਹਾਂ, ਕੀ ਅਸੀਂ ਨੁਕਸਾਨ ਕਰਕੇ ਆਏ ਹਾਂ? ਸਾਡੇ ਨਾਲ ਸੈਂਟਰ ਸਰਕਾਰ ਕਿਉਂ ਧੱਕਾ ਕਰਦੀ ਹੈ? ਸਾਡੀਆਂ ਮੰਗਾਂ ਜਾਇਜ਼ ਮੰਗਾਂ ਜੀ, ਅਤੇ ਅੱਜ ਬਲੈਕ ਡੇ ਅਸੀਂ ਇਸੇ ਕਰਕੇ ਮਨਾ ਰਹੇ ਹਾਂ। ਸਾਡੇ ਕਿਸਾਨਾਂ ਦੀਆਂ ਲੱਤਾਂ ਤੋੜਤੀਆਂ, ਟਰੈਕਟਰ ਭੰਨ 'ਤੇ ਤੁਸੀਂ ਅੱਗੇ ਜਾ ਕੇ ਵੇਖ ਕੇ ਆਓ ਜੀ, ਮਸਾਂ ਸਾਡੇ ਟਰੈਕਟਰ ਲੈਂਦੇ ਆ, ਸਾਰੇ ਤੋੜ ਅਤੇ ਫੋੜ ਦੇ ਵਿੱਚ ਰੇਤਾ ਪਾਤਾ ਜੀ, ਬੈਟਰੀਆਂ ਲੈ ਕੇ ਚੱਕ ਕੇ ਜੀ। ਹੋਰ ਦੱਸੋ ਜੀ, ਸਰਕਾਰ ਕਹਿ ਰਹੀ ਹੈ ਕਿ ਆਪ ਟਰੈਕਟਰੋਂ ਸੇ ਨਹੀਂ, ਆਪ ਹੋਰ ਵਾਹਨੋਂ ਸੇ ਜਾ ਸਕਤੇ ਹੈ, ਤੋ ਐਸੇ ਮੇਂ ਕਿਸਾਨ ਕਿਆ ਟਰੈਕਟਰੋਂ ਸੇ ਜਾਣਾ ਪਸੰਦ ਕਰੇਂਗੇ ਜਾਂ ਕਿਸੇ ਹੋਰ ਵਾਹਨੋਂ ਸੇ ਵੀ ਜਾਣਾ? ਟਰੈਕਟਰ ਤਾਂ ਦੇਖੋ ਜੀ, ਸਾਡਾ ਟਰੈਕਟਰ ਦੇ ਵਿੱਚ ਰਾਸ਼ਨ ਹੈ, ਸਾਰਾ ਕੁਛ ਹੈ ਸਾਡਾ ਟਰੈਕਟਰ ਦੇ ਵਿੱਚ, ਅਤੇ ਟਰੈਕਟਰ ਦੇ ਵਿੱਚ ਅਸੀਂ ਜਾਵਾਂਗੇ, ਸਾਨੂੰ ਅਸੀਂ ਦੂਸ ਆਮ ਉਹ ਤਾਂ ਅਸੀਂ ਜਾ ਹੀ ਨਹੀਂ ਸਕਦੇ ਜੀ ਉੱਥੇ, ਸਾਡਾ ਟਰੈਕਟਰ ਹੈ, ਟਰੈਕਟਰ ਹੀ ਸਾਰਾ ਕੁਛ, ਸਾਡੇ ਪੁੱਤ ਹੈ, ਸਾਨੂੰ ਕਮਾਈ ਹੈ ਦਿੰਦੇ ਹੈ ਜੀ, ਅਤੇ ਇਹਨਾਂ ਨੇ ਸਾਡੀ MSP ਹੁਣ ਜਿਹੜੀਆਂ ਮੰਗਾਂ ਇਹਨਾਂ ਨੇ ਲਾਗੂ ਕਰਾਉਣੀਆਂ ਜੀ, ਇਹ ਟਰੈਕਟਰਾਂ ਨਹੀਂ ਕਰਾਉਣੀਆਂ ਜੀ ਸਾਡੀਆਂ, ਇਹ ਸਾਡੀ ਜਿੰਦ ਜਾਨ ਹੈ। ਇਹਨਾਂ ਜੇ ਸਾਨੂੰ ਅਸੀਂ ਤਾਂ ਲੀਡਰਾਂ ਦੀ ਕਾਲ ਉਡੀਕਦੇ ਹਾਂ, ਸਾਡੇ ਕਿਸਾਨ ਆਗੂਆਂ ਦੀ, ਜੇ ਉਹ ਸਾਨੂੰ ਕਹਿੰਦੇ ਤਾਂ ਅਸੀਂ ਤਾਂ ਹੁਣ ਚੱਕ ਦੇਵਾਂਗੇ। ਇੱਕ ਵਾਰੀ ਸਾਡੇ ਕਿਸਾਨ ਆਗੂ ਆਉਣ, ਸਾਰੇ ਝੰਡੇ ਇੱਕ, ਤਾਂ ਅਸੀਂ ਇਹ ਵੀ ਅਪੀਲ ਕਰਦੇ ਸਾਰੇ ਇੱਕ ਝੰਡੇ ਥੱਲੇ ਅਸੀਂ ਲੱਗ ਕੇ ਸਾਡੇ ਨਾਲ ਖੜਨ, ਤੇ ਅਸੀਂ ਤਾਂ ਹੁਣ ਚੱਕ ਦੇਵਾਂਗੇ ਜੀ। ਜੀ ਦੇਖੀਏ, ਕਿਸਾਨੋਂ ਕਾ ਯਹਾਂ ਪਰ ਸਾਫ ਤੌਰ ਪਰ ਕਹਿਣਾ ਹੈ ਕਿ ਉਹ ਦਿੱਲੀ ਕੀ ਔਰ ਕੂਚ ਕਰੇਂਗੇ, ਉਨਕੋ ਜੋ ਵਾਰਤਾ ਕਾ ਇੰਤਜ਼ਾਰ ਹੈ, ਜੋ ਪਾਂਚਵੇਂ ਦੌਰ ਕੀ ਵਾਰਤਾ, ਕਿਆ ਕੁਛ ਜੋ ਕਿਸਾਨ ਨੇਤਾ ਹੈ ਇਨਕੋ ਆਹਵਾਨ ਕਰੇਂਗੇ, ਉਸ ਆਹਵਾਨ ਕੇ ਉੱਪਰ ਜੋ ਕਿਸਾਨ ਆਪਣਾ ਅਗਲਾ ਫੈਸਲਾ ਲੇਂਗੇ। ਵੀਡੀਓ ਜਰਨਲਿਸਟ ਹਰਦੀਪ ਕੇ ਸਾਥ ਪ੍ਰਦੀਪ ਫੋਕਨ। हमसे जुड़े रहने के लिए हमारे YouTube चैनल को सब्सक्राइब करें और नई वीडियो की नोटिफिकेशन के लिए बेल आइकॉन को दबाएं। अगर आप ये वीडियो Facebook पर देख रहे हैं तो लाइक जरूर करें और ज्यादा से ज्यादा शेयर करें। धन्यवाद।